ਗਲ ਟੂਰਿਸਟ ਵੀਜ਼ਾ ਦੀ ਕਰਾਂਗੇ ਅਸੀਂ ਅਕਸਰ ਜੋ ਹੈ ਸਟੱਡੀ ਵੀਜ਼ਾ ਦੀ ਤਾਂ ਗੱਲ ਕਰਦੇ ਆ ਪਰ ਬਹੁਤ ਸਾਰੀ ਕਿਵ ਕੁਆਰੀਜ਼ ਇਹ ਵੀ ਆndੀਆਂ ਕਿ ਟੂਰਿਸਟ ਵੀਜ਼ਾ ਲਈ ਅਗਰ ਅਸੀਂ ਅਪਲਾਈ ਕਰਨਾ ਚਾਹੁੰਦੇ ਆ ਸੋ ਅਲੱਗ-ਅਲੱਗ ਕੰਟਰੀਜ਼ ਦੀ ਵੀ ਆਪਾਂ ਇੱਥੇ ਗੱਲ ਕਰਾਂਗੇ ਚਾਹੇ ਆਸਟ੍ਰੇਲੀਆ ਚਾਹੇ ਕੈਨੇਡਾ ਚਾਹੇ ਯੂਐਸਏ ਐ ਸੋ ਅਸੀਂ ਗੱਲ ਕਰਾਂਗੇ ਕਿ ਅਗਰ ਤੁਸੀਂ ਟੂਰਿਸਟ ਵੀਜ਼ਾ ਲਈ ਅਪਲਾਈ ਕਰ ਰਹੇ ਤਾਂ ਕਿਹੜੀ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਤੇ ਕਿਹਨਾਂ ਦੇ ਲਈ ਬਹੁਤ ਈਜ਼ੀ ਪ੍ਰੋਸੈਸ ਹੈ ਕਿ ਤੁਸੀਂ ਬੜੇ ਆਰਾਮ ਦੇ ਨਾਲ ਅਪਲਾਈ ਕਰਕੇ ਜੋ ਹੈ ਟੂਰਿਸਟ ਵੀਜ਼ਾ ਲਗਵਾ ਸਕਦੇ ਹੋ ਡਿਟੇਲ ਵਿੱਚ ਗੱਲ ਵੀਜ਼ਾ ਨੂੰ ਲੈ ਕੇ ਬਹੁਤ ਸਾਰੇ ਪੁਆਇੰਟ ਤੁਹਾਡਾ ਸਾਂਝ ਕਰੇ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੁਲ ਮੈਮ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਅੱਜ ਆਪਾਂ ਟੂਰਿਸਟ ਵੀਜ਼ਾ ਦੀ ਗੱਲ ਕਰਦੇ ਆ ਤਾਂ ਨੈਵੀਗੇਟਰ ওভারਸੀਜ਼ ਸਟੱਡੀ ਵੀਜ਼ਾ ਦੇ ਨਾਲ ਨਾਲ ਟੂਰਿਸਟ ਵੀਜ਼ਾ ਵਿੱਚ ਵੀ ਡੀਲ ਕਰਦੇ ਆ ਤਾਂ ਮੈਮ ਜ਼ਰੂਰ ਇੱਥੇ ਦੱਸੋ ਟੂਰਿਸਟ ਵੀਜ਼ਾ ਦੇ ਪ੍ਰੋਸੈਸ ਬਾਰੇ ਥੋੜਾ ਔਰ ਕਿਹੜੀ ਕੰਟਰੀ ਵਿੱਚ ਪ੍ਰੋਸੈਸ ਆਪਾਂ ਥੋੜਾ ਸੌਖਾ ਦੇਖਦੇ ਆ ਕੋਈ ਕਿਸੇ ਵੀ ਕੰਟਰੀ 'ਚ ਜਾਣਾ ਚਾਹੁੰਦਾ ਤੁਹਾਡੇ ਕੋਲ ਤਾਂ ਹਰ ਕੰਟਰੀ ਨੂੰ ਲੈ ਕੇ ਕੁਐਰੀਜ਼ ਆਉਂਦੀਆਂ ਹੀ ਨੇ ਤਾਂ ਟੂਰਿਸਟ ਵੀਜ਼ਾ ਅਪਲਾਈ ਕਰਨ ਨੂੰ ਲੈ ਕੇ ਇੱਥੇ ਤੁਸੀਂ ਕੀ ਗਾਈਡ ਕਰਨਾ ਚਾਹੋਗੇ ਹਰ ਜੋ ਦੇਖੋ ਟੂਰਿਸਟ ਵੀਜ਼ਾ ਨਾ ਹਰ ਪੇਰੈਂਟਸ ਦਾ ਮਤਲਬ ਮੈਕਸਿਮਮ ਪੰਜਾਬ ਦੀ ਜਨਤਾ ਜਿਹੜੀ ਹੈ ਜੀ ਸਾਡੇ ਸਟੂਡੈਂਟਸ ਆ ਉਹ ਬਾਹਰਲੀ ਕੰਟਰੀਆਂ ਚਲੇ ਗਏ ਆ ਕੋਈ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਸਭ ਤੋਂ ਬੜੇ ਤੇ ਇਹਨਾਂ ਦੇ ਪੇਰੈਂਟਸ ਪਹਿਲੇ ਜਾਣਾ ਚਾਹੁੰਦੇ ਆ ਹਮ ਹੁਣ ਪੇਰੈਂਟਸ ਦੀ ਐਲੀਜੀਬਿਲਟੀ ਜਦ ਬੱਚਾ ਉੱਥੇ ਲੀਗਲ ਹੈ ਉੱਥੇ ਆਪਣੀ ਕਲਾਸਿਸ ਪ੍ਰੋਪਰ ਅਟੈਂਡ ਕਰ ਰਿਹਾ ਤੇ ਉਹਨਾਂ ਨੂੰ ਕੋਈ ਇੰਨੀ ਪ੍ਰੋਬਲਮ ਨਹੀਂ ਆਉਂਦੀ ਹੈ ਕੋਚ ਨਾ ਦੀ ਬੈਂਕ ਸਟੇਟਮੈਂਟ ਹੋਣੀ ਚਾਹੀਦੀ ਹੈ ਇਨਕਮ ਟੈਕਸ ਰਿਟਰਨ ਹੋਣੇ ਚਾਹੀਦੇ ਆ ਇਹਨਾਂ ਦੇ ਪ੍ਰਾਪਰਟੀ ਦੇ ਪੇਪਰ ਹੋਣੇ ਚਾਹੀਦੇ ਆ ਮਤਲਬ ਉਹਨਾਂ ਨੇ ਵਾਪਸ ਆਣਾ ਟੂਰਿਸਟ ਵੀਜ਼ਾ ਮਤਲਬ ਤੁਸੀਂ ਘੁੰਮਣ ਜਾ ਰਹੇ ਹੋ ਘੁੰਮਣ ਜਾ ਰਹੇ ਹੋ ਮੀਨਸ ਥੋੜੇ ਟਾਈਮ ਵਾਸਤੇ ਜਾ ਰਹੇ ਹੋ ਜਾਂ ਬੱਚੇ ਨੂੰ ਮਿਲਣ ਜਾ ਰਹੇ ਹੋ ਔਰ ਤੁਸੀਂ ਵਾਪਸ ਕਿਉਂ ਆਣਾ ਆਪਣੇ ਕੰਟਰੀ ਤੋਂ ਇੱਕ ਅਟੈਚਮੈਂਟ ਦਿਖਾਣੀ ਆ ਜਿੰਨਾ ਕਿ ਜ਼ਿਆਦਾ ਤੁਹਾਡੇ ਕੋਲ ਹੋਏਗਾ ਉਹ ਤੁਹਾਡੇ ਵਾਸਤੇ ਉਨਾ ਹੀ ਅੱਛਾ ਹੈ ਤੀ ਜੇ ਤਾਂ ਤੇ ਕੋਈ ਬੱਚਾ ਨਹੀਂ ਹੈ ਬਾਹਰ ਜਾਂ ਵੈਸੇ ਹੀ ਘੁੰਮਣ ਜਾਣਾ ਉਹ ਕੈਟਾਗਰੀ ਥੋੜੀ ਜਿਹੀ ਡਿਫਰੈਂਟ ਹੋ ਜਾਏਗੀ ਕਿਉਂਕਿ ਬੱਚੇ ਨੂੰ ਮੈਲਨ ਜਾਣਾ ਇੱਕ ਸਵਾਭਿਕ ਤੌਰ ਤੇ ਪੇਰੈਂਟਸ ਦਾ ਹੱਕ ਹੈ ਜੀ ਤੇ ਇਹਦੇ ਵਿੱਚ ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ ਰਹਿੰਦਾ ਹੈ ਜਿੰਨਾ ਦਾ ਕੋਈ ਨਹੀਂ ਰਹਿੰਦਾ ਫਿਰ ਉਹਨਾਂ ਨੇ ਵਾਪਸ ਕਿਉਂ ਆਣਾ ਉਸ ਦੇ ਉੱਪਰ ਵੀਜ਼ਾ ਸਕਸੈਸ ਰੇਟ ਡਿਪੈਂਡ ਕਰਦਾ ਹੈ ਉਹਦੇ ਵਾਸਤੇ ਤੁਹਾਡੀ ਪ੍ਰੋਫਾਈਲਿੰਗ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ ਤੁਹਾਡੀ ਏਜ ਮੈਚੂਰ ਹੋਏ ਜਾਂ ਤੁਹਾਡੀ ਏਜ ਜ਼ਿਆਦਾ 35 ਸਾਲ ਤੋਂ ਉੱਪਰ ਹੈ ਤੇ ਤੁਹਾਡੀ ਪ੍ਰਾਪਰਟੀਆਂ ਅੱਛੀਆਂ ਐ ਬੈਂਕ ਸੇਵਿੰਗਸ ਐ ਇਨਕਮ ਅੱਛੀ ਐ ਕੋਈ ਰੈਂਟਲ ਇਨਕਮ ਆ ਤੇ ਮਤਲਬ ਇਦਾਂ ਦੇ ਕਈ ਫੈਕਟਰਸ ਦੇਖਨੇ ਪੈਂਦੇ ਆ ਜੀ ਤੇ ਤੁਸੀਂ ਆਪਣਾ ਹੋਟਲ ਬੁਕਿੰਗ ਕਰਾ ਕੇ ਵੀ ਜਾ ਸਕਦੇ ਹੋ ਕਿਉਂਕਿ ਕੁੰਮਣਾ ਤਾਂ ਕੋਈ ਵੀ ਬੰਦਾ ਕੁੰਮਣਾ ਚਾਹੁੰਦਾ ਲਾਈਫ ਚ ਜੀ ਜੇ ਤੁਹਾਡੀ ਟਰੈਵਲਿੰਗ ਹਿਸਟਰੀ ਐ ਤੇ ਉਹ ਹੋਰ ਅੱਛਾ ਐ ਤੇ ਤੁਸੀਂ ਮਤਲਬ ਪਹਿਲੇ ਛੋਟੀ ਕੰਟਰੀ ਚ ਗਏ ਫਿਰ ਬੜੀ ਕੰਟਰੀ ਚ ਗਏ ਜਾਂ ਬੜੀ ਕੰਟਰੀ ਸਿੱਧਾ ਹੀ ਜਾ ਰਹੇ ਹੋ ਇਸ ਟਾਈਮ ਕੈਨੇਡਾ ਦਾ ਬਹੁਤ ਅੱਛਾ ਸਕਸੈਸ ਰੇਟ ਵੀ ਆ ਰਿਹਾ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਲੇਕਿਨ ਉਹਨਾਂ ਦੇ ਵਿੱਚ ਡਾਕੂਮੈਂਟਸ ਤੁਹਾਡੇ ਬਹੁਤ ਸਟਰੋਂਗ ਚਾਹੀਦੇ ਆ ਜਿੰਨੇ ਡਾਕੂਮੈਂਟਸ ਤੁਹਾਡੇ ਸਟਰੋਂਗ ਹੋਣਗੇ ਉਨਾਂ ਹੀ ਤੁਹਾਡਾ ਵੀਜ਼ਾ ਬਹੁਤ ਅੱਛਾ ਆਏਗਾ ਹੁਣ ਛੋਟੇ ਬੱਚੇ ਆ ਉਹ ਵੀ ਘੁੰਮਣ ਜਾਣਾ ਚਾਹੁੰਦੇ ਨੇਚਰਲ ਪੇਰੈਂਟਸ ਨਾਲ ਜਾ ਹੀ ਸਕਦੇ ਆ ਹੁਣ ਇੱਕ ਐਸਐਕਸ ਵੀਜ਼ਾ ਕੈਨੇਡਾ ਦਾ ਉਹ ਇੱਕ ਕੈਟਾਗਰੀ ਚ ਕਲਚਰ ਪ੍ਰੋਮੋਸ਼ਨ ਆ ਇਹਦੇ ਵਿੱਚ ਆ ਜਾਂਦਾ ਐਂਟਰਟੇਨਮੈਂਟ ਉਹਦੇ ਵਿੱਚ ਸਟੂਡੈਂਟ ਉਹਦੇ ਵਿੱਚ ਉਹ ਅਪਲਾਈ ਕਰ ਸਕਦਾ ਹੈ ਕਿਉਂਕਿ ਉਹ 6 ਮਹੀਨੇ ਦਾ ਹੀ ਵੀਜ਼ਾ ਹੁੰਦਾ ਔਰ ਉਹਦੇ ਵਿੱਚ 6 ਮੰਨ ਦੀ ਕਲਾਸਿਸ ਦੇ ਸਾਥ ਨਾਲ 2 ਮਹੀਨੇ ਦੀ ਹੋਏ 4 ਮਹੀਨੇ ਦੀ ਉਹ ਉਸ ਕੈਟਾਗਰੀ ਦੇ ਅੰਡਰ ਆਏਗਾ ਕਿਉਂਕਿ ਹਰ ਵੀਜ਼ਾ ਜਿਹੜਾ ਉਹ ਇਸ ਦੇ ਹਿਸਾਬ ਨਾਲ ਸਾਨੂੰ ਦੇਖਣਾ ਪੈਂਦਾ ਹੈ ਕਿ ਜੇ ਬੱਚਾ ਪੜ੍ਹਿਆ ਲਿਖਿਆ ਤੇ ਉਹਦਾ ਕਿਹੜੀ ਕੈਟਾਗਰੀ ਚ ਕਰਨਾ ਹੈ ਜੇ ਬੱਚਾ ਘਟ ਪੜਿਆ ਤੇ ਉਹਨੂੰ ਕਿਹੜੀ ਕੈਟਾਗਰੀ ਚ ਕਰਨਾ ਹੈ ਜਾਂ ਪੇਰੈਂਟਸ ਕੋ ਮਨਾ ਜਾਂਦੇ ਕਿਹੜੀ ਕੰਟਰੀ ਘੁੰਮਣਾ ਜਾਂਦੇ ਆ ਔਰ ਉਹਦੇ ਵਾਸਤੇ ਕੀ ਪ੍ਰੋਫਾਈਲਿੰਗ ਚਾਹੀਦੀ ਆ ਉਹਦੇ ਹਿਸਾਬ ਨਾਲ ਡਿਸਾਈਡ ਹੁੰਦਾ ਹੈ ਮੇਨ ਮੇਨ ਪੁਆਇੰਟਸ ਮੈਂ ਤੁਹਾਨੂੰ ਦੱਸੇ ਦਿੱਤੇ ਜਿਹੜੀ ਸਾਨੂੰ ਚੀਜ਼ਾਂ ਚਾਹੀਦੀਆਂ ਉਹਦੇ ਨਾਲ ਤੁਸੀਂ ਆਪਣਾ ਜਿਹੜਾ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ ਕੰਟਰੀ ਕੋਈ ਵੀ ਹੋਵੇ ਕਿਉਂਕਿ ਤੁਹਾਨੂੰ ਮੇਨ ਡਾਕੂਮੈਂਟਸ ਕਿਸੇ ਵੀ ਕੰਟਰੀ ਵਾਸਤੇ ਇਹੀ ਚਾਹੀਦੇ ਆ ਉਹਦੇ ਬਾਅਦ ਕੋਈ ਰਹਿੰਦਾ ਤੇ ਇਨਵੀਟੇਸ਼ਨ ਆ ਗਿਆ ਨਹੀਂ ਰਹਿੰਦਾ ਤੇ ਹੋਟਲ ਬੁਕਿੰਗ ਉਹ ਡਿਫਰੈਂਟ ਡਿਫਰੈਂਟ ਫਿਰ ਤੁਹਾਡੇ ਹਾਲਾਤ ਤੇ ਪਰ ਉਹ ਹੁੰਦਾ ਹੈ ਜੀ ਉਤੇ ਮੈਮ ਟੂਰਿਸਟ ਵੀਜ਼ਾ ਲਈ ਵੀ ਕੀ ਕੋਈ ਵਧੀਆ ਇੱਕ ਇੱਕ ਆਪਾਂ ਬੈਸਟ ਟਾਈਮ ਮੰਨ ਸਕਦੇ ਹਾਂ ਕਿ ਕਦੀ ਵੀ ਅਪਲਾਈ ਕੀਤਾ ਜਾ ਸਕਦਾ ਇਸ ਦੇ ਲਈ ਦੇਖੋ ਕਦੀ ਵੀ ਅਪਲਾਈ ਕੀਤਾ ਜਾ ਸਕਦਾ ਫਿਰ ਵੀ ਜਿੱਦਾਂ ਕੁਝ ਫੈਸਟੀਵਲਸ ਹੁੰਦੇ ਜਿੱਦਾਂ ਨਿਊ ਈਅਰ ਆ ਗਿਆ ਜਾਂ ਕ੍ਰਿਸਮਸ ਆ ਗਈ ਤੇ ਕੁਝ ਕੰਟਰੀਜ਼ ਦਾ ਵੈਦਰ ਉਸ ਟਾਈਮ ਠੀਕ ਹੁੰਦਾ ਤੁਸੀਂ ਉਸ ਟਾਈਮ ਅਪਲਾਈ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਮਝੋ ਆਪਣੇ ਐਗਰੀਕਲਚਰ ਵਾਲੇ ਬੰਦੇ ਆ ਜਦੋਂ ਫ੍ਰੀ ਹੈ ਜਦੋਂ ਫਸਲ ਦਾ ਟਾਈਮ ਨਹੀਂ ਆ ਉਹ ਕਹਿ ਸਕਦੇ ਕਿਸ ਟਾਈਮ ਆਸੀਂ ਫਰੀ ਆ ਅਸੀਂ ਵਰਲਡ ਦੇਖਣਾ ਚਾਹੁੰਦੇ ਆ ਇਦਾਂ ਦੇ ਕੁਝ ਚੀਜ਼ਾਂ ਬਿਜ਼ਨਸਮੈਨ ਆ ਜਿਹੜਾ ਉਹਦਾ ਲੀਨ ਪੀਰੀਅਡ ਆ ਬਿਜ਼ਨਸ ਦਾ ਇੰਨਾ ਪੀਕ ਪੀਰੀਅਡ ਨਹੀਂ ਆ ਉਸ ਟਾਈਮ ਉਹ ਲਗਾ ਸਕਦੇ ਆ ਕਿਉਂਕਿ ਉਹਨਾਂ ਨੂੰ ਦੱਸਣਾ ਪੈਂਦਾ ਜੀ ਕਿ ਇਸ ਟਾਈਮ ਉਹ ਕਿਉਂ ਜਾਣਾ ਚਾ ਰਹੇ ਆ ਦੇਖੋ ਵੈਸੇ ਤੇ ਕੋਈ ਵੀ ਹੁਣ ਕਈ ਵਰਲਡ ਚ ਯੂਰਪ ਚ ਕਈ ਫੈਸਟੀਵਲਸ ਹੁੰਦੇ ਆ ਉਹ ਫੈਸਟੀਵਲਸ ਦੇ ਟਾਈਮ ਉਹ ਹੁੰਦੇ ਵੀ ਇੱਕ ਸਪੈਸੀਫਿਕ ਟਾਈਮ ਆ ਲੇਕਿਨ ਕੋਈ ਵੀ ਵੀਜ਼ਾ ਅਪਲਾਈ ਕਰੋ ਜਦ ਕੋਈ ਮੇਨ ਇਵੈਂਟ ਹੈ ਜੇ ਇਵੈਂਟਸ ਜਾ ਰਹੇ ਹੋ ਤਾਂ ਘੱਟ ਤੋਂ ਘੱਟ ਉਸ ਤੋਂ 2 ਤੋਂ 3 ਮਹੀਨੇ ਪਹਿਲੇ ਅਪਲਾਈ ਕਰੋ ਹੈਨਾ ਕਿਉਂਕਿ ਉਨਾਂ ਕ ਟਾਈਮ ਵੀਜ਼ਾ ਪ੍ਰੋਸੈਸਿੰਗ ਵੀਜ਼ਾ ਆਫੀਸਰ ਨੂੰ ਵੀ ਸੋਚਣਾ ਜੇ ਬਿਲਕੁਲ ਲਾਸਟ ਮੋਮੈਂਟ ਤੇ ਕਰੋਗੇ ਫੇਰ ਪ੍ਰੋਬਲਮ ਹੁੰਦਾ ਪਿੱਛੇ T20 ਜਦੋਂ ਹੋਇਆ ਸੀਗਾ ਤੁਹਾਨੂੰ ਪਤਾ ਹੈ ਜਿਨ੍ਹਾਂ ਨੇ ਸ਼ੁਰੂ ਜਿਹਾ ਅਪਲਾਈ ਕੀਤੇ ਉਹਨਾਂ ਦੇ ਵੀਜ਼ੇ ਆ ਗਏ ਸੀ ਲਾਸਟ ਵਾਲਿਆਂ ਦੇ ਵੀਜ਼ੇ ਨਹੀਂ ਆਏ ਸੀਗੇ ਆਸਟ੍ਰੇਲੀਆ ਚ ਹੋਇਆ ਸੀਗਾ ਐ ਤਾਂ ਜਿਹੜਾ ਵੀ ਇਵੈਂਟ ਆ ਜਿੱਦਾਂ ਹੀ ਸ਼ੁਰੂ ਹੁੰਦਾ ਉਸ ਤੋਂ ਪਹਿਲੇ ਤੁਹਾਡੀ ਤਿਆਰੀ ਹੋਣੀ ਚਾਹੀਦੀ ਸਮਝੋ ਅੱਜ ਨਿਊਜ਼ ਆ ਗਈ ਹੈ ਕਿ ਇੱਥੇ ਹੀ ਪ੍ਰੋਗਰਾਮ ਹੋਣਾ ਹੈ ਤਾਂ ਜਿੱਦਾਂ ਹੀ ਨਿਊਜ਼ ਆਈਏ ਤੁਸੀਂ ਉਸੇ ਟਾਈਮ ਤਿਆਰੀ ਕਰ ਲਓ ਤੇ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਰਹਿੰਦਾ ਹੈ ਜੀ ਤੇ ਮੈਮ ਜਿਵੇਂ ਹੁਣ ਅਸੀਂ ਦੇਖ ਰਿਹਾ ਗੋ T20 ਵਰਲਡ ਕੱਪ ਯੂਐਸਏ ਵਿੱਚ ਹੋਣ ਜਾ ਰਿਹਾ ਜੂਨ ਦੇ ਵਿੱਚ ਤਾਂ ਹੁਣ ਇਹ ਰਾਈਟ ਟਾਈਮ ਹੈ ਅਪਲਾਈ ਕਰਨ ਦੇ ਲਈ ਜਿਹੜੇ ਵੀ ਉੱਥੇ ਲਾਈਵ ਕ੍ਰਿਕਟ ਮੈਚ ਦਾ ਮਜ਼ਾ ਲੈਣਾ ਚਾਹੁੰਦੇ ਨੇ ਬਿਲਕੁਲ ਜੀ ਮੈਂ ਤਾਂ ਇਹ ਹੀ ਕਹਾਂ ਨਾ ਕਿ ਜਿੱਥੇ ਵੀ ਜਿਹੜਾ ਇਵੈਂਟ ਹੈ ਉਸ ਟਾਈਮ ਆ ਤੁਸੀਂ ਪਹਿਲਾਂ ਹੀ ਅਪਲਾਈ ਕਰੋ ਯੂਐਸ ਦੇ ਵਿੱਚ ਬਸ ਇੱਕ ਛੋਟਾ ਜਿਹਾ ਸਟਰਗਲ ਸਾਨੂੰ ਆ ਜਾਂਦਾ ਡੇਟ ਮਿਲਣ ਦਾ ਲੇਕਿਨ ਜੇ ਤੁਸੀਂ ਬਹੁਤ ਪਹਿਲੇ ਅਪਲਾਈ ਕੀਤਾ ਹੋਏ ਔਰ ਡੇਟ ਜਿੱਦ ਤੇ ਇਮੀਡੀਏਟ ਫਿਰ ਸਾਨੂੰ ਡੇਟ ਲੈਣੀ ਪੈਂਦੀ ਹੈ ਜੀ ਚਲੋ ਠੀਕ ਹੈ ਸੋ ਟੂਰਿਸਟ ਵੀਜ਼ਾ ਨੂੰ ਲੈ ਕੇ ਕੋਈ ਹੋਰ ਸਵਾਲ ਹੋਵੇ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਆ ਇਸ ਉੱਪਰ ਕਾਲ ਕਰੋ ਪੂਰੀ ਜਾਣਕਾਰੀ ਲਓ ਕਿਤੇ ਲਈ ਵੀ ਪਲਾਨ ਕਰ ਰਹੇ ਹੋ ਤਾਂ ਜ਼ਰੂਰ ਪਹਿਲਾਂ ਇੱਕ ਮਾਹਿਰ ਸਲਾਹ ਲੈ ਕੇ ਉਸ ਤੋਂ ਬਾਅਦ ਹੀ ਅਪਲਾਈ ਕਰੋ ਬਹੁਤ ਬਹੁਤ ਥੈਂਕਸ ਮੈਮ ਅੱਜ ਟੂਰਿਸਟ ਵੀਜ਼ਾ ਨੂੰ ਲੈ ਕੇ ਵੀ ਤੁਸੀਂ ਬਹੁਤ ਖਾਸ ਪੁਆਇੰਟਸ ਜੋ ਹੈ ਦੱਸੇ ਨੇ ਆਈ ਹੋਪ ਇਹ ਕਾਫੀਆਂ ਦੇ ਲਈ ਇੱਕ ਜੋ ਸਵਾਲ ਬਣੇ ਹੋਏ ਸੀਗੇ ਉਹਨਾਂ ਦੇ ਸਵਾਲਾਂ ਨੂੰ ਜਵਾਬ ਜ਼ਰੂਰ ਮਿਲ ਗਿਆ ਅੱਜ ਦੀ ਇਸ ਵੀਡੀਓ ਦੇ ਨਾਲ ਕੋਈ ਹੋਰ ਵੀ ਡਾਊਟ ਹੋਵੇ ਨੰਬਰ ਤੇ ਤਾਂ ਕਾਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਵਿਚ ਰਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਅਗੋ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ